ਹਾਂਜੀ ਬਹੁਤ ਕਰਦੇ ਹਾਂ ਸਵਾਗਤ ਤੁਹਾਡੇ ਆਪਦੇ YouTube ਚੈਨਲ ਤੇ ਜਿਹੜਾ ਇਹ ਵੀ ਭਰਾ ਆਪਣੇ ਚੈਨਲ ਤੇ ਨਮਾ ਆਇਆ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ ਆਲਟ ਕਰ ਦਿਓ ਸੈੱਟ ਤਾਂ ਕਿ ਨਿਤਨੇ ਵੀਡੀਓ ਸੱਤ ਪਹਿਲਾਂ ਚੈਨਲ ਤੇ ਮਿਲਦੀ ਰਹੇ ਨ ਤੇ ਅੱਜ ਆਪਾਂ ਤੁਹਾਡੇ ਲਈ ਕਾਫੀ ਡੈਕਟਰ ਸਿਲਵਸਤੇ ਲੈ ਕੇ ਆਏ ਆ ਤੇ ਸਭ ਤੋਂ ਪਹਿਲਾਂ ਜਿਹੜਾ ਹੈਲਪਲਾਈਨ ਨੰਬਰ ਕਰਾ ਨੋਟ ਇਸ ਤੇ ਪੰਜ ਤੋਂ ਜੇ ਫੋਟੋ ਭੇਜ ਕੇ ਤੇ ਇਨਫੋਰਮੇਸ਼ਨ ਭੇਜ ਗਏ ਕਿਸੇ ਵੀ ਸੰਦੀ ਹੈ ਲਵਾ ਸਾ ਦਿਓ ਚੈਨਲ ਤੇ ਚਲੋ ਹੁਣ ਨਾ ਪਗਲ ਕਰਦੇ ਆ ਨਿਊ ਹੋਲੈਂਡ 730 ਪਲੱਸ ਦੀ ਜਿਸ ਦਾ ਇਹ ਮਾਡਲ ਹੈ 2012 ਮਾਹੌਲ ਦਾ ਟਰੈਕਟਰ ਦਾ ਜੇ ਆਪੇ ਟੈਂਡੀਆਂ ਕਰੀਏ ਵਧੀਆ ਕੰਡੀਸ਼ਨ ਦੇ ਵਿੱਚ ਹੈ ਅਦਰ ਟਾਇਰ ਪੈਣ ਹੈਵੀ ਬੰਪਰ ਫਾਈਬਰ ਹੁੱਡ ਨਾਲ ਹੈ ਬਾਡੀ ਚਸ਼ ਦ੍ਰੈਮ ਗਰਾਟਾ ਰੰਗ ਸਾਰ ਨਾਲ ਦਾ ਹੈ ਕਿਤੇ ਵੀ ਬਰਸ ਤਾਂ ਇਹ ਫਿਰ ਆਪਣੀ ਸਾਹ ਸੰਭਾਲ ਦੇ ਵਿੱਚ ਟਰੈਕਟਰ ਰੱਖਿਆ ਗਿਆ ਪਾਵਰ ਸਟੇਜਿੰਗ ਦਾ ਟਰੈਕਟਰ ਤੇ ਇੰਜਨ ਗੀਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਲੁਕੀ ਹੈ ਗੁਰਗਾਂਬੀਸ਼ਨ ਗੁਪਾ ਅਟੈਸਟ ਹੈ ਨਹੀਂ ਹੋਇਆ ਕੋਈ ਰਿਪੇਅਰ ਨਹੀਂ ਭਾਲਦਾ ਫੁੱਲ ਲੂਕ ਇ ਕੰਡੀਸ਼ਨ ਚ ਟਰਪਿਆ ਤੇ ਜਿਹੜਾ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟ ਹੈਡ ਡਰਾਈਵ ਕਰਕੇ ਟਰੈਕਟਰ ਖੀਸਾ ਦੇਓ ਤੇ ਜੇ ਆਪੇ ਹੀ ਡਿਮਾਂਡ ਦੀ ਹੈ ਕਰੀਏ ਮਾਲਕ ਹੋਣੀਆਂ ਵੱਲੋਂ ਐਸੀ ਦੀ ਡਿਮਾਂਡ ਰੱਖੀ ਗਈ ਹੈ 5 ਲੱਖ 25000 ਰੁਪਏ ਜੋ ਕਿ ਮੌਕੇ ਤੇ ਥੋੜਾ ਬੋਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖੀਸਾ ਦੇਓ ਤੇ ਬਠਿੰਡਾ ਏਰੀਆ ਮਾਲਕਾਂ ਦੇ ਤੇ ਹੋਰ ਕੋਈ ਇਨਫੋਰਮੇਸ਼ਨ ਕਨਫਰਮ ਕਰਨੀ ਹੋਵੇ ਟਰੈਕਟਰ ਬਾਰੇ ਘਰ ਸਾਦੇ ਕੰਟੈਕਟ ਨੰਬਰ ਤੇ ਕਾਲ ਕਰਕੇ ਤੇ ਹੁਣ ਆਪਾਂ ਕਰਦੇ ਆ ਐਚ ਐਮ ਟੀ 911 ਦੀ ਜਿਸ ਦਾ ਜੋ ਮਾਡਲ ਹੈ 2001 ਮਾਡਲ ਦਾ ਟਰੈਕਟਰ ਦਾ ਜੇ ਆਪੇ ਟੈਂਡੀਆਂ ਕਰੀਏ ਬਿਲਕੁਲ ਨਿਊ ਟਰੈਕਟਰ ਦੇ ਟਾਇਰ ਪਏ ਨੇ ਹੈਵੀ ਬੰਪਰ ਹੁੱਡ ਮਿਊਜ਼ਿਕ ਸਿਸਟਮ ਨਾਲ ਹੈ ਬਾਡੀ ਚਸ਼ ਤੇ ਰਮਗਰਾਟਾਂ ਰੰਗਸ ਨਾਲ ਦਾ ਇੱਕ ਤਵੀ ਬਰਸਤਾਂ ਫਰੀ ਆਪਣੀ ਸਾਸਮਾਲ ਦੇ ਜੈਡਰ ਰੱਖਿਆ ਗਿਆ ਹੈ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਓਕੇ ਜਾਂ ਕੋਈ ਕੰਬੀਸ਼ਨ ਕੋਈ ਪਾਰਟਸ ਚ ਨਹੀਂ ਹੋਇਆ ਕੋਈ ਰਿਪੇਅਰ ਨਹੀਂ ਭਾਲਦਾ ਫੁੱਲ ਓਕੇ ਕੰਡੀਸ਼ਨ ਚ ਟਰੈਕਟਰ ਪਿਆ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਖੀਸਾ ਦੇਓ ਤੇ ਇਸ ਸਟੇਟ ਦੀ ਡਿਮਾਂਡ ਮਾਲਕ ਵੀਰ ਹੁਣੇ ਕੰਟੈਕਟ ਨੰਬਰ ਦੇ ਕਾਲ ਕਰਨ ਦੇ ਦੱਸਣਗੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਤੇ ਮੋਕਥ ਸਰੇਰੀਆਂ ਮਾਰਕ ਵੀਰ ਹੁਣੀਆਂ ਦਾ ਤੇ ਹੁਣ ਨਾ ਪਗਲ ਕਰਦੇ ਆ ਸਵਰਾਜ 744 ਐਫ ਆਈ ਦੀ ਜਿਸ ਦਾ ਜੋ ਮਾਡਲ ਹੈ 2020 ਮੋਲਾ ਟਰੈਕਟਰ ਦਾ ਜੇ ਆਪ ਇਹ ਟਾਈਮ ਦੀਆ ਕਰੀਏ ਬਿਲਕੁਲ ਨਿਊ ਟ੍ਰੈਡ ਦੇ ਟਾਇਰ ਪਏ ਨੇ ਕੁੱਲ 192 ਘੰਟੇ ਚੱਲਿਆ ਹੋਇਆ ਟਰੈਕਟਰ ਹੈਵੀ ਬੰਪਰ ਨਾਲ ਹੈ ਬਾਡੀ ਚਸ਼ਦਰਾ ਮਗਰਾਟਾ ਰੰਗਸਾਲ ਨਾਲ ਦਾ ਕਿਤੇ ਵੀ ਬੁਰਸ ਤਾਂ ਫਿਰ ਆਪਰੀ ਸਾਸਮਹਾਲ ਦੇ ਵਿੱਚ ਐਡਰ ਰੱਖਿਆ ਗਿਆ ਪਾਵਰ ਸਟੀਅਰਿੰਗ ਟਰੈਕਟਰ ਤੇ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਓਕੇ ਹੈ ਕੋਈ ਕੰਬਸ਼ਨ ਕੋਈ ਪਾਰਟਸ ਚੇਅ ਨਹੀਂ ਹੋਇਆ ਕੁਰੇ ਪੇਰ ਨਹੀਂ ਭਾਲਦਾ ਫੁੱਲ ਓਕੇ ਕੰਡੀਸ਼ਨ ਚ ਟਰਪਿਆ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਖੀਸਾ ਦੇਓ ਤੇ ਜੇ ਆਪਾਂ ਹੀ ਡਿਮਾਂਡ ਦੀਆ ਕਰੀਏ ਮਾਲਕ ਵੀ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 5,70,000 ਰੁਪਏ ਜੋ ਕਿ ਮੌਕੇ ਤੇ ਥੋੜਾ ਬੋਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਦੂਸਰੇ ਟੈਕਸੀ ਸਾਧਿਓ ਤੇ ਬਰਨਾਲਾ ਏਰੀਆ ਮਾਲਕਵੀਰ ਹੁਣਿਆਂ ਦਾ ਤੇ ਹੁਣ ਨਾ ਪਗਲ ਕਰਦੇ ਆ ਸਟੈਂਡਰਡ 450 ਡੀ ਆਈ ਦੀ ਜਿਸ ਦਾ ਜੋ ਮਾਡਲ ਹੈ 2007 ਮਾਹੌਲ ਟ੍ਰੈਕਟਰ ਦਾ ਜੇ ਆਪ ਇਹ ਟਾਈਮ ਦੀ ਆ ਕਰੀਏ 65 ਪੈਸੇ ਦੇ ਟਾਇਰ ਪੈਣੇ ਬਾਡੀ ਚਾਸਿਸ ਦਰਮ ਗਰਾਟਾ ਰੰਗਸਰ ਨਾਲ ਦਾ ਕਿਤੇ ਵੀ ਬੁਰਸ ਤਾਂ ਹੀ ਫ੍ਰੈਪਰੀ ਸਸਮਾਲ ਦੇ ਚੈਟਰ ਰੱਖਿਆ ਗਿਆ ਹੈ ਹੈਵੀ ਬੈਂਪਰ ਹੁੱਡ ਮਿਊਰੀ ਸਿਸਟਮ ਡੰਡਾ ਡਰਾਵਲ ਨਾਲਾ ਟਰੈਕਟਰ ਦੇ ਇੰਜਨ ਗੀਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਲੁੱਕੀ ਹੈ ਕਿ ਗੇਮ ਬਿਸ਼ੇ ਨਹੀਂ ਕੋਈ ਪਾਰਟਸ ਚੇਨ ਨਹੀਂ ਹੋ ਕੇ ਰਿਪੇਅਰ ਨਹੀਂ ਭਾਲਦਾ ਫੁੱਲ ਲੁੱਕੀ ਕੰਡੀਸ਼ਨ ਚ ਟਰੈਕਟਰ ਪਿਆ ਹੈ ਤੇ ਜਿਹੜਾ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟ ਹੈ ਡਰਾਈਵ ਕਰਕੇ ਟਰੈਕਟਰ ਖੀਸਾ ਦਿਓ ਤੇ ਹੋਰ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਮਾਲਕ ਵੀਰ ਹੁਣੇ ਤਾਂ ਲੈ ਸਾ ਦਿਓ ਤੇ ਜੇ ਆਪਾਂ ਦੀ ਡਿਮਾਂਡ ਦੀ ਹੈ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 270000 ਰੁਪਇਆ ਜੋ ਕਿ ਮੌਕੇ ਤੇ ਥੋੜਾ ਬੋਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ نیچے ਸਕਰੀਨ ਦੇ ਉੱਤੇ ਸੂਹ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਦੂਸਰੇ ਡੈਟਾ ਖੀਸਾ ਦੇਉ ਤੇ ਮਾਨਸਾ ਏਰੀਆ ਮਾਲਕਪੀਰ ਹੁਣੀਆਂ ਦਾ ਤੇ ਹੁਣ ਆਪਾਂ ਅਗਲ ਕਰਦੇ ਆ ਫਾਰਮਟਰੈਕ 60 ਦੀ ਜਿਸ ਤਰ੍ਹਾਂ ਜੋ ਮਾਡਲ ਹੈ 2009 ਮਾਡਲ ਡੈਟਾ ਦਾ ਜੇ ਆਪ ਇਹਦੇ ਟੈਂਡ ਦੀ ਹੈ ਕਰੀਏ 7075 ਪੈਸੇ ਟਾਇਰ ਪੈਣੇ ਹੈਵੀ ਬੰਪਰ ਹੁੱਡ ਨਾਲਾ ਟਰੈਕਟਰ ਦੇ ਬਾਡੀ ਚੈਸਿਸ ਤੇ ਰਮਗਰਾਟਾ ਰੰਗਸੜ ਨਾਲ ਦਾ ਹੈ ਕਿਤੇ ਵੀ ਬਰਸਤਾ ਹੀ ਫਰਿਆ پوری ਸਸ ਸਮਾਲ ਦੇ ਚੈਟਰ ਰੱਖਿਆ ਗਿਆ ਤੇ ਡੰਡਾ ਡਰਾਵਲ ਨਾਲਾ ਟਰੈਕਟਰ ਦੇ ਪੰਜਾਬ ਨੰਬਰ ਟਰੈਕਟਰ ਹੈ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਲੁੱਕ ਹੈ ਕੋਈ ਕੰਬਿਸ਼ਨ ਕੋਈ ਪਾਰਟਸ ਚੇਨ ਨਹੀਂ ਹੋਇਆ ਕੋ ਰਿਪੇਅਰ ਨਹੀਂ ਭਾਲਦਾ ਫੁੱਲ ਲੁੱਕ ਕੰਡੀਸ਼ਨ ਚ ਟਰੈਕਟਰ ਪਿਆ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੂਵੇ ਬਾਕੇ ਚਲਾ ਕੇ ਟ ਹੈਡ ਡਰਾਈਵ ਕਰਕੇ ਟਰੈਕਟਰ ਖੀਸਾ ਦੇਉਂ ਤੇ ਜੇ ਆਪਾਂ ਹੀ ਡਿਮਾਂਡ ਦੀ ਹੈ ਕਰੀਏ ਮਾਲਕਵੀਂ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 2 3 ਲੱਖ 25000 ਰੁਪਏ ਜੋ ਕਿ ਮੌਕਦੇ ਥੋੜਾ ਬੋਤੀਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉਤੇ ਦਿਖਾਉ ਹੋ ਰਿਹਾ ਇਸ ਤੇ ਕਾਲ ਕਰਕੇ ਦੂਸਰੇ ਟਕਸੀਸ ਆਦੇਉ ਤੇ ਬਠਿੰਡਾ ਏਰੀਆ ਮਾਲਕਵੀਂ ਹੁਣੀਆਂ ਦਾ ਤੇ ਹੁਣ ਨਾ ਪੜ ਕਰਦੇ ਆ ਮਹਿੰਦਰਾ 265 DI ਦੀ ਜਿਸ ਦਾ ਜੋ ਮਾਡਲ ਹੈ 2000 ਤੇ ਜੇ ਆਪਾ ਇਹ ਰਟੈਂਡ ਦੀਆ ਕਰੀਏ ਬਿਲਕੁਲ ਨਿਊ ਟ੍ਰੇਡ ਦੇ ਟਾਇਰ ਪਏ ਨੇ ਹੈਵੀ ਬੰਪਰ ਹੁੱਡ ਡੰਡਾ ਡਰਾਵਲ ਨਾਲਾ ਟਰੈਕਟਰ ਦੇ ਬਾਡੀ ਚਾਛ ਦਰਾ ਮਗਰਾਟਾ ਰੰਗਸਾਰ ਨਾਲ ਦਾ ਕਿਤੇ ਵੀ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਹੋਇਆ ਫੁੱਲ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਤੇ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਲੁੱਕੇ ਹੈ ਕੋਈ ਗੰਬੇਸ਼ ਨਹੀਂ ਕੋਈ ਪਾਰਟ ਚੇ ਨਹੀਂ ਹੋ ਕੇ ਰਿਪੇਅਰ ਨਹੀਂ ਭਾਲਦਾ ਫੁੱਲ ਲੁੱਕ ਕੰਡੀਸ਼ਨ ਚ ਟਰੈਕਟਰ ਪਿਆ ਤੇ ਜਿਹੜਾ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੀ ਚਲਾ ਕੇ ਟਹਿਡ ਡਰਾਈਵ ਕਰਕੇ ਰੈਟਰਕੀਸਾ ਦੇ ਉਤੇ ਜੇ ਆਪਾਂ ਹੀ ਡਿਮਾਂਡ ਦੀ ਹੈ ਕਰੀਏ ਮਾਲਕੀਰ ਹੁਣੀਆਂ ਵੱਲੋਂ ਇਸ ਦੀ ਰਿਮਾਰਡ ਰੱਖੀ ਗਈ ਹੈ 215000 ਰੁਪਿਆ ਜੋ ਕਿ ਮੌਕੇ ਤੇ ਥੋੜਾ ਬੋਡੀਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਦੁਸਰੇ ਰੈਟਰਕੀਸਾ ਆ ਦਿਓ ਤੇ ਇਹ ਵੀ ਕੰਫਰਮ ਕਰ 사ਦੇ ਤੇ ਬਾਬਾ ਕਰਦੇ ਧੰਨਵਾਦ ਜੀ ਸਾਡੀ ਪੂਰੀ ਵੀਡੀਓ ਦੇਖਣ ਲਈ ਜਿਹੜਾ ਇਹ ਵੀ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਨਾਲ ਲੱਗੀ ਘੰਟੀ ਦੇ ਆਪਸ਼ਨ ਨੂੰ ਆਲਟ ਤੇ ਕਰ ਦਿਓ ਸੈੱਟ ਤਾਂ ਕਿ ਨਵੇਂ ਨਵੇਂ ਵੀਡੀਓ ਜਦੋਂ ਵੀ ਆਉਂਦੇ ਚੱਲਦੇ ਮਿਲਦੀਆਂ ਰਹਿਣ ਤੇ ਜੇ ਕੋਈ ਗਲਤੀ ਵਲਤੀ ਹੋ ਗਈ ਹੋਵੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ